ਕਹਿੰਦੇ ਕਿੱਥੇ ਆ ਨਾਲੇ? ਹਾਂ ਸੱਚ, ਉਹ ਤਾਂ ਨਾਲ ਹੀ ਨੇਗੇ। ਅੱਛਾ ਚੱਲ ਵਧੀਆ ਹੋਇਆ, ਸਗੋਂ ਮੈਂ ਤਾਂ ਸ਼ਹਿਰ ਜਾ ਕੇ ਆਉਣਾ ਸੀਗਾ, ਬੈਂਕ ਕੰਮ ਸੀਗਾ ਮੰਮੀ ਨਾਲ। ਬੈਂਕ 'ਚ ਤੁਹਾਨੂੰ ਕੀ ਕੰਮ ਪੈ ਗਿਆ? ਉਹ ਬਸ ਮੰਮੀ ਨੂੰ ਲੈ ਕੇ ਜਾਣਾ, 100 ਕੰਮ ਹੁੰਦੇ ਨੇ, ਤੂੰ ਹਰੇਕ ਕੰਮ 'ਚ ਨਾ ਟੰਗੜਾ ਹੈਗਾ। ਬੇਬੀ ਆਪਾਂ ਸ਼ਹਿਰ ਜਾਣਾ ਹੈਗਾ। ਸ਼ਹਿਰ? ਆਪਾਂ ਤੂੰ ਸ਼ਹਿਰ ਕੀ ਕਰਨ ਜਾਣਾ ਆਪਾਂ? ਉਹ ਬੇਬੇ ਤੇਰੇ ਖਾਤੇ 'ਚ ਪੈਸੇ ਨਹੀਂ ਕਰਾਏ ਸੀਗੇ, ਉਹਨਾਂ ਦੀ ਲੋੜ ਸੀਗੀ ਕਢਾ ਕੇ ਦੇਣੇ ਨੇ ਕਿਸੇ ਨੂੰ, ਹੁਣ ਤੇਰੇ ਬਿਨਾਂ ਤਾਂ ਉਹ ਨਿਕਲਣੇ ਨਹੀਂ ਹੈਗੇ। ਪੁੱਤ ਮੈਨੂੰ ਤਾਂ ਥੋੜ੍ਹਾ ਜਿਹਾ ਪਿੰਡ 'ਚ ਕੰਮ ਹੈ, ਆਪਾਂ ਫੇਰ ਪੈਸੇ ਕਢਾ ਲਵਾਂਗੇ ਕੱਲ ਨੂੰ। ਬੇਬੇ ਪੈਸੇ ਵੀ ਜ਼ਰੂਰੀ ਦੇਣੇ ਨੇ, ਮੈਂ ਤੈਨੂੰ ਤਾਂ ਹੀ ਕਹੀ ਜਾਂਦਾ, ਜਿਹੜਾ ਕਿਹਦੇ ਪਿੰਡ 'ਚ ਕੰਮ ਹੈ ਤੂੰ ਬਾਅਦ 'ਚ ਜਾ ਆਈ ਆ ਕੇ, ਆਪਾਂ ਕਿਹੜਾ ਟਾਈਮ ਲਾਉਣਾਗਾ ਉੱਥੇ। ਮਸੀ ਗਲੋਂ ਲੱਥਾ ਜਿਹਦੀ ਫੜ ਲੈਂਦਾ ਨਾ, ਜੇ ਮੈਂ ਤੇਰੇ ਨਾਲ ਪੈਸੇ ਕਢਾਉਣ ਭੱਗ ਗਈ ਤਾਂ ਭੈਣ ਤਾਂ ਮੈਨੂੰ ਉੱਧਰ ਉਡੀਕਦੀ ਹੋਣੀ ਹੈ। ਉਹ ਵੀ ਨਹੀਂ ਆਈ, ਮੈਂ ਤਾਂ ਜਾਣਾ ਸੀ ਬਾਬੇ ਲਵੇ, ਪਹਿਲੇ ਕਰੋੜ ਕਰਦਾ ਸੀ। ਲੈ ਵੀ ਬੇਬੇ ਪੈਸੇ ਕਢਾਉਣ ਚੱਲੀਏ, ਪੈਸੇ ਕਢਾਉਣ ਚੱਲੀਏ, ਵੀ ਜਾ ਆਵਾਂਗੇ, ਪੈਸੇ ਕਿਤੇ ਭੱਜੇ ਜਾਂਦੇ ਆ। ਜਿਹੜਾ ਕਰਨ ਵਾਲਾ ਕੰਮ ਆ ਉਹ ਵੀ ਤਾਂ ਮੈਂ ਤੇਰੇ ਕਰਕੇ ਭੱਜੀ ਭੈਣ ਅੱਠੀ ਫਿਰਦੀ ਹਾਂ। ਨਾਲੇ ਬਾਬਾ ਜੀ, ਬਾਬਾ ਜੀ ਆ ਭੈਣ ਦਾ ਪੁੱਛੋ ਦੁੱਖ, ਇਹ ਵੀ ਦੁਖਿਆਰੀ ਹੈ ਵਿਚਾਰੀ। ਹਾਂ ਬੱਚਾ, ਤੁਹਾਨੂੰ ਕੀ ਦੁੱਖ ਹੈ? ਬਾਬਾ ਜੀ ਮੇਰੀ ਨੂੰਹ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ, ਉਹਦੇ ਹਜੇ ਤੱਕ ਜਵਾਕ ਨਹੀਂ ਹੋਇਆ, ਅਤੇ ਛੋਟਾ ਮੁੰਡਾ ਵਿਆਹਿਆ ਸੀ ਉਹ ਚੜ੍ਹਾਈ ਕਰ ਗਿਆ ਵਿਆਹ ਤੋਂ 15 ਦਿਨ ਬਾਅਦ, ਨੂੰਹ ਹੀ ਕੱਲ ਖੁੰਡ ਮਿਲ ਗਈ। ਹੁਣ ਨੂੰਹ ਦਾ ਤਾਂ ਪਿਓ ਲੈ ਗਿਆ ਉਹਨੂੰ, ਬਸ ਬੜੀ ਨੂੰਹ ਦੇ ਜਵਾਕ ਹੋ ਜਾਵੇ, ਨੂੰਹ ਤੋਂ ਪਿੱਛਾ ਛੁੱਟ ਜਾਵੇ। ਹਾਂ ਬੱਚਾ, ਤੁਹਾਡੇ ਘਰ ਤਾਂ ਕਲੇਸ਼ ਹੀ ਬੜਾ ਰਹਿੰਦਾ, ਤੇ ਜਿਹੜੀ ਤੁਹਾਡੀ ਨੂੰਹ ਮਰੀ ਹੈ ਉਹ ਹੁਣ ਵੀ ਤੁਹਾਡੇ ਨਾਲ ਆਈ ਖੜੀ ਹੈ। ਨਾਲ ਕਿੱਥੇ? ਕਿੱਥੇ ਬਾਬਾ ਜੀ? ਇਹਨਾਂ ਦੀ ਨੂੰਹ ਨਾਲ ਆਈ ਖੜੀ ਆ। ਅੱਛਾ ਕਿੱਥੇ ਬਾਬਾ ਜੀ? ਉਹ ਭਾਈ ਉਹ ਤਾਂ ਕਹਿੰਦੀ ਤੁਹਾਨੂੰ ਵੀ ਨਾਲ ਲੈ ਕੇ ਜਾਊਂ ਮੈਂ, ਜੇ ਇਹਦਾ ਹੱਲ ਨਾ ਕਰਾਇਆ ਇੱਕ ਜੀ ਦੀ ਹੋਰ ਤਿਆਰੀ ਆ ਤੁਹਾਡੇ ਨਾਲ। ਕਿਤੇ ਕੋ ਪੰਗਾ ਤਾਂ ਨਹੀਂ ਲੈ ਲਿਆ ਇਹਦੇ ਨਾਲ ਆ ਕੇ? ਬਾਬਾ ਜੀ ਮੇਰੇ ਘਰੇ ਸ਼ਾਂਤੀ ਬਖਸ਼ੋ, ਕਿਰਪਾ ਕਰੋ ਬਾਬਾ ਜੀ, ਮੇਰੇ ਤਾਂ ਇਕੱਲਾ ਇਕੱਲਾ ਜਵਾਕ ਹੈ, ਦੋਵੇਂ ਮਾਂ ਪੁੱਤ ਰਹਿ ਗਏ ਸੀ ਤਾਂ ਫਿਰ ਮੈਂ ਕੀ ਕਰੂੰਗੀ? ਕੋਈ ਹੱਲ ਕਰੋ ਬਾਬਾ ਜੀ ਦਾ। ਦੇਖ ਬੱਚਾ ਘਬਰਾਉਣ ਦੀ ਗੱਲ ਨਹੀਂ, ਇਹ ਸਮਾਧਾਨ ਦਾ ਹੱਲ ਸੰਤਾਂ ਲਵੇ ਹੈਗਾ, ਪਰ 5,501 ਰੁਪਏ ਦੀ ਸੁੱਖ ਲੱਗੂਗੀ। ਬਾਬਾ ਜੀ 501 ਕੀ, ਮੈਂ 11,000 ਦਊਂਗੀ, ਪਰ ਮਸਲੇ ਦਾ ਹੱਲ ਕਰ ਦਿਓ। ਮਸਲੇ ਦਾ ਹੱਲ ਭਾਈ ਤਾਂ ਹੋਊਗਾ, ਤੁਹਾਡਾ ਘਰ ਕੀ ਲੈਣਾ ਪਊਗਾ? ਸਤਿਵਚਨ ਬਾਬਾ ਜੀ। ਤਾਂ ਠੀਕ ਆ ਭਾਈ, ਜਿਹੜੀ ਜਿਹੜੀ ਸਮੱਗਰੀ ਮੈਂ ਲਿਖੂੰਗਾ ਲਿਆ ਕੇ ਰੱਖਿਓ, 1-2 ਦਿਨ 'ਚ ਆਪਾਂ ਤੁਹਾਡੇ ਘਰ ਦਾ ਹੱਲ ਕਰ ਦਾਂਗੇ। ਬਾਬਾ ਜੀ ਮੈਂ ਤਾਂ ਉੱਕੇ ਪੁੱਕੇ ਪੈਸੇ ਦੇ ਦੂੰਗੀ, ਤੁਸੀਂ ਆਪੇ ਹੱਲ ਕਰ ਲਿਓ ਸਮੱਗਰੀ ਸਮੱਗਰੀ। ਚੱਲ ਠੀਕ ਆ ਭਾਈ, ਆਉਂਦੇ ਸ਼ਨੀਵਾਰ ਨੂੰ ਤੁਹਾਡੇ ਘਰ ਨੂੰ ਕੀਲ ਕੇ ਆਵਾਂਗੇ। ਸਤਿਵਚਨ ਬਾਬਾ ਜੀ। ਬਾਬਾ ਜੀ ਮੇਰੇ ਘਰ ਬਾਰੇ ਵੀ ਕੁਝ ਦੱਸ ਦਿੰਦੇ। ਦੇਖ ਬੀਬਾ, ਤੁਹਾਡੇ ਘਰ 'ਚ ਕੋਈ ਪੁਰਾਣਾ ਬੁੜਾ ਹੋਵੇ, ਸੜਾ ਮਰਿਆ ਹੋਵੇ, ਕੋਈ ਹੈਗਾ ਯਾਦ ਕਰੋ। ਹਾਂ ਹਾਂ ਬਾਬਾ ਜੀ, ਮੇਰੇ ਸਹੁਰੇ ਦਾ ਭਰਾ ਸੀ ਇੱਕ, ਛੜਾ ਸੀ। ਹਾਂ ਹਾਂ ਨੌਜਵਾਨ ਉਹ ਨਾ ਪੁਰਾਣੇ ਸਮਿਆਂ ਵਿੱਚ ਬੱਸ ਥੱਲੇ ਆ ਕੇ ਮਰ ਗਿਆ ਸੀ। ਬੱਚਾ ਉਹੀ ਤੁਹਾਡੇ ਘਰ 'ਤੇ ਕੁੰਡਲੀ ਮਾਰੀ ਬੈਠਾ ਹੈਗਾ, ਜਿੰਨਾ ਚਿਰ ਉਹਦਾ ਸਮਾਧਾਨ ਨਹੀਂ ਹੁੰਦਾ
ਤੁਹਾਡੇ ਘਰ ਚੋਂ ਕਲੇਸ਼ ਨਹੀਂ ਜਾਂਦਾ ਹੈਗਾ। ਹਾਂ ਬਾਬਾ ਜੀ, ਜਵਾਕ ਤਾਂ ਮੇਰੀ ਹਾਂ ਚ ਹਾਂ ਮਿਲਾਉਂਦੇ ਹੀ ਨਹੀਂ। ਦੇਖ ਬੱਚਾ, ਸਾਰਾ ਕਰਿਆ ਕਰਾਇਆ ਉਸੇ ਦਾਗਾ, ਜਿਸ ਦਿਨ ਆਪਾਂ ਇਹਨਾਂ ਦੇ ਸ਼ਨੀਵਾਰ ਦਾ ਹੱਲ ਕਰਾਂਗੇ ਉਦੋਂ ਤੁਹਾਡਾ ਵੀ ਹੋਜੂ ਹੱਲ। ਬਾਬਾ ਜੀ, ਇਹਨਾਂ ਦਾ ਵੀ ਜ਼ਰੂਰ ਹੱਲ ਕਰੋ। ਹਾਂ ਬਾਬਾ ਜੀ, ਮੇਰੇ ਵੀ ਘਰੇ ਆਉਣਾ ਹੋਊਗਾ। ਬੱਚਾ, ਤੁਹਾਡੇ ਘਰ ਦਾ ਹਾਲ ਤਾਂ ਇਹਨਾਂ ਦੇ ਘਰ ਤੋਂ ਵੀ ਮਾੜਾ ਹੈ। ਪਰ ਬਾਬਾ ਜੀ, ਤੁਸੀਂ ਮੇਰੇ ਘਰ ਦਾ ਜਿਹੜਾ ਮਸਲਾ ਹੱਲ ਕਰਨਾ ਉਹ ਤਾਂ ਇੱਥੇ ਹੀ ਕਰ ਦਿਓ, ਘਰ ਰਹਿਣ ਦਿਓ ਆਉਣ ਨੂੰ। ਨਹੀਂ ਨਹੀਂ ਭਾਈ, ਜਿਹੜਾ ਵੀ ਹੱਲ ਹੋਊਗਾ ਘਰ ਹੋਊਗਾ। ਘਰ? ਹਾਂ, ਘਰ ਕੀ ਲੈਣਾ ਪੈਣਾਗਾ, ਮੇਖਾਂ ਲਾਉਣੀਆਂ ਪੈਣਗੀਆਂ। ਅੱਛਾ, ਠੀਕ ਆ ਬਾਬਾ ਜੀ। ਤੂੰ ਘਬਰਾ ਨਾ, ਦਰਸ਼ਨ ਨੂੰ ਤੇ ਦਰਸ਼ਨ ਨੂੰ ਕਿਤੇ ਭੇਜਣਾ ਪੈਣਾ। ਕੋਈ ਨਾ, ਜਦੋਂ ਬਾਬਾ ਜੀ ਘਰੇ ਚਰਨ ਪਾਉਣਗੇ ਨਾ, ਸਾਰਾ ਘਰ ਸੰਤੁਸ਼ਟੀ ਹੋ ਜੂ। ਹਾਂ ਠੀਕ ਆ ਭਾਈ, ਆਉਂਦੇ ਸ਼ਨੀਵਾਰ ਨੂੰ ਸਮੱਗਰੀ ਲਿਖ ਦੂ ਮੈਂ, ਤੁਸੀਂ ਲਿਆ ਕੇ ਰੱਖਿਓ। ਬਾਬਾ ਜੀ, ਸਮੱਗਰੀ ਤੁਸੀਂ ਆਪੇ ਲੈ ਆਇਓ, ਸਾਡੇ ਤੋਂ ਮਾਇਆ ਲੈ ਲਓ ਸਮੱਗਰੀ ਜੋਗੀ। ਚੱਲ ਠੀਕ ਆ ਭਾਈ, ਮੈਂ ਚੇਲੇ ਨੂੰ ਭੇਜ ਕੇ ਸਮੱਗਰੀ ਮੰਗਾ ਲੂੰਗਾ ਤੇ ਆਉਂਦੇ ਸ਼ਨੀਵਾਰ ਨੂੰ ਤੁਸੀਂ ਤਿਆਰ ਰਹੋ। ਸਤਿ ਬਚਨ ਬਾਬਾ ਜੀ। ਬਾਬਾ ਜੀ, ਮੈਂ ਤੁਹਾਨੂੰ ਕੱਲ ਨੂੰ ਫੜਾ ਜੂਗੀ ਪੈਸੇ। ਦੇਖੋ ਬੱਚਾ, ਇਹ ਕੰਮ 'ਚ ਕੌਲ ਨਹੀਂ ਕਰਨੀ, ਜਿੰਨੀ ਕੌਲ ਕਰੋਗੇ ਓਨਾ ਹੀ ਜ਼ਿਆਦਾ ਨੁਕਸਾਨ ਹੋਊ ਤੁਹਾਡਾ। ਸਤਿ ਬਚਨ ਬਾਬਾ ਜੀ, ਮੈਂ ਸਵੇਰੇ ਹੀ ਪੈਸੇ ਫੜਾ ਜੂੰਗੀ, ਤੁਸੀਂ ਸਾਡੇ ਘਰੇ ਜ਼ਰੂਰ ਚਰਨ ਪਾਏ। ਜੈ ਸੰਤਾ। ਜੈ ਸਤਿ ਬਚਨ ਬਾਬਾ ਜੀ। ਜੈ ਹੋ, ਜੈ ਸੰਤਾ। ਚਲੋ, ਇੱਥੇ ਵੀ ਲੱਗ ਗਿਆ ਝਾੜੂ। ਸੰਭਰ ਲੈ ਪੁੱਤ, ਪੈਰੀ ਪੈਣੀ ਚਾਚੀ। ਜਿਉਂ ਦੀ ਵਾਸ ਦੀ ਰਹਿ ਭਾਈ, ਪਰਮਾਤਮਾ ਤੈਨੂੰ ਬਸ ਕਰ ਰਹੀ ਸੀ ਕੰਮ ਜਾ। ਅੱਛਾ, ਤੇਰੀ ਮੰਮੀ ਇੱਥੇ ਆ? ਉਹ ਤਾਂ ਹੈ ਨਹੀਂ ਚਾਚੀ, ਗਏ ਹੋਏ ਨੇ। ਗਏ ਗਏ ਹੋਏ? ਹਾਂ, ਆ ਜਾਓ ਅੰਦਰ ਆ ਜਾਓ। ਚਲੋ ਬਹਿ ਜਾ ਪੁੱਤ ਇੱਥੇ। ਬੈਠ ਚਾਚੀ, ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਣੀ ਆ। ਨਾ ਨਾ ਪੁੱਤ, ਚਾਹ ਨੀ ਮੈਂ ਪੀਣੀ, ਚਾਹ ਮੈਂ ਹੁਣੀ ਪੀ ਕੇ ਆਈ ਆ। ਅੱਛਾ, ਹਾਂ ਤੇ ਫਿਰ ਕਦੋਂ ਕਾ ਜੂਗੀ ਤੇਰੀ ਮੰਮੀ? ਇਹ ਤਾਂ ਮੈਨੂੰ ਵੀ ਨਹੀਂ ਪਤਾ ਚਾਚੀ। ਕੰਮ ਸੀ ਕੋਈ? ਨਾ, ਕੰਮ ਤਾਂ ਐ ਸੀ, ਉਹ ਆਪਣੇ ਸਕੀਰੀ ਚ ਮਰਗ ਜੀ ਹੋ ਗਈ ਸੀ। ਮਾਂ ਚੱਲ ਬੈਠਿਆ ਹੁੰਦੀ ਆ ਮੈਂ ਤੇ ਤੇਰੀ ਮਾਂ ਜਾਇਆ ਹੁੰਦੀ ਆ। ਕਿੰਨਾ ਦੇ ਜਿਹੜੀ ਉਹ? ਤੈਨੂੰ ਦਾ ਨਹੀਂ ਪਤਾ ਪੁੱਤ, ਦਲੀਪੋ ਸੀ ਭੂਆ, ਉਹਨਾਂ ਦੇ ਗਾਂ ਸਕੀਰੀ ਚ ਹੋਇਆ। ਅੱਛਾ, ਹਾਂ ਮੰਮੀ ਨੂੰ ਪਤਾ ਤੇਰੀ ਨੂੰ। ਆਪਣੇ ਭਲਾ ਦੀ ਕਾਹਦਾ ਰੌਲਾ ਗੋਲਾ ਹੋਣਾ ਗਾ, ਉਹੀ ਲੱਗਿਆ ਹੋਣਾ ਤੁਹਾਨੂੰ। ਧੀਏ, ਮੇਰੇ ਚ ਤੇ ਤੇਰੇ ਚ ਕਾਹਦਾ ਪੜਦਾ, ਆਪਣਾ ਇੱਕ ਘਰ ਹੈਗਾ, ਨਾਲੇ ਮੈਂ ਤਾਂ ਪਿੰਡ ਚੋਂ ਸੁਣ ਕੇ ਆਈ ਆ। ਕਿਸ ਪਿੰਡ? ਪਿੰਡ ਚ ਕੀ ਸੁਣ ਲਿਆ ਚਾਚੀ? ਮੈਂ ਤਾਂ ਬੈਠਣ ਗਈ ਤੇ ਕਿਸੇ ਦੇ ਉੱਥੇ ਬੁੜੀਆਂ ਗੱਲ ਤੋਰੀ ਬੈਠੀਆਂ ਦੀਆਂ, ਮੈਨੂੰ ਕਹਿੰਦੇ ਆ ਸੋਡੇ ਵਾਲੇ ਐਂ ਕਰਕੇ ਐਂ ਹੋ ਗਿਆ, ਉਹਨਾਂ ਦੇ ਐਂ ਹੋ ਗਿਆ। ਭਾਈ ਲੈ ਦੱਸ ਚਾਚੀ, ਹੁਣ ਤੂੰ ਪਿੰਡ ਵਾਲੇ ਇਹਨਾਂ ਗੱਲਾਂ ਤੇ ਯਕੀਨ ਕਰ ਲਿਆ? ਯਕੀਨ ਉਹਨਾਂ ਤੇ ਕਰਿਆ ਨਹੀਂ, ਮੈਂ ਤਾਂ ਤਾਂਹੀਓ ਪੁੱਤ ਤੇਰੇ ਕੋਲੇ ਆਈ ਆ ਸਿੱਧਾ। ਮੈਂ ਆਖਿਆ ਮਹਾਂ ਨੂੰ ਰਾਣੀ ਕੋਲੋਂ ਪੁੱਛ ਕੇ ਆਉਂਦੀ ਆ ਵੀ ਕੀ ਗੱਲ ਹੋ ਗਈ। ਜੇ ਆਪਣੇ ਕੋਈ ਗੱਲ ਹੋਊਗੀ ਭਲਾ ਤੁਹਾਨੂੰ ਨਾ ਪਤਾ ਲੱਗੇ, ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਦੱਸ। ਹਾਂ ਇਹ ਤਾਂ ਗੱਲ ਸੱਚੀ ਆ ਭਾਈ ਤੇਰੀ, ਸਹੀ ਆ। ਤੇ ਲਿਆਵਾਂ ਚਾਹ ਬਣਾ ਕੇ ਫਿਰ? ਨਾ ਨਾ ਪੁੱਤ, ਚਾਹ ਤਾਂ ਮੈਂ ਪੀਣੀ ਨਹੀਂ,
ਤੇ ਫਿਰ ਦੇਖਦੀਆਂ ਚੱਲ ਜਾ ਤਾਂ ਤੇਰੀ ਮੰਮੀ ਨੂੰ ਭਾਈ ਸੁਨੇਹਾ ਦੇ ਦੀ। ਠੀਕ ਹੈ ਕੋਈ ਨਹੀਂ ਚਾਚੀ, ਮੈਂ ਸੁਨੇਹਾ ਲਾ ਦੂੰਗੀ ਤੁਹਾਡਾ। ਹਾਂ ਤੇ ਛੋਟੀ ਗਈ ਹੋਈ ਆ ਕਿਤੇ? ਨਹੀਂ ਪੁੱਛਿਆ ਸੀ ਮੈਂ। ਹਾਂ ਚਾਚੀ ਉਹ ਤਾਂ ਗਈ ਹੋਈ ਹੈਗੀ। ਪੇਕੀ ਗਈ ਹੋਈ ਆ? ਹਾਂ ਪੇਕੀ ਗਈ ਸੀ। ਉਹ ਬੁਖਾਰ ਜਿਹਾ ਹੋ ਰਿਹਾ ਸੀ ਨਾ ਉਹਨੂੰ, ਤੇ ਫਿਰ ਮੰਮੀ ਕਹਿੰਦੇ ਵੀ ਚੱਲ 2 ਕੁ ਦਿਨ ਲਾ ਆਉਂਗੀ ਆਪਦੇ ਪੇਕੇ, ਨਾਲੇ ਮਨ ਕੁਛ ਹੋਰ ਹੋ ਜਾਊਗਾ ਉਹਦਾ। ਉਰੇ ਘਰੇ ਕਿੱਥੇ ਜੀ ਲੱਗਦਾਗਾ। ਇਹ ਵੀ ਗੱਲ ਸਹੀ ਹੈ। ਹੋਰ ਸਾਰੀ ਦਿਹਾੜੀ ਬਸ ਉਹੀ ਪੁਰਾਣੀਆਂ ਗੱਲਾਂ ਸੋਚੀ ਜਾਂਦੀ ਹੈਗੀ, ਸੋਚ ਸੋਚ ਕੇ ਬਿਮਾਰ ਹੋ ਗਈ। ਹਾਂ ਹੁੰਦਾ ਹੀ ਹੈ ਵੀਰੇ, ਬਿਮਾਰ ਹੋਣ ਨੂੰ ਵੀ ਉਹਨੂੰ ਵੀ ਕੀ ਦੋਸ ਹੈ ਧੀਏ, ਹੈਨਾ? ਉਹ ਤਾਂ ਹੈ ਹੀ ਹੈ ਚਾਚੀ, ਜਦੋਂ ਰੱਬ ਨੇ ਪਹਾੜ ਸਿੱਟਤਾ। ਨਾਲੇ ਚਾਚੀ ਤੂੰ ਨਾ ਲੋਕਾਂ ਦੀਆਂ ਗੱਲਾਂ ਤੇ ਬੜਾ ਯਕੀਨ ਜਾ ਨਾ ਕਰਿਆ ਕਰ, ਤੈਨੂੰ ਪਤਾ ਤਾਂ ਹੈਗਾ ਜਨਾਨੀਆਂ ਨੂੰ ਉਹੀ ਗੱਲਾਂ ਕਰਨ ਦੀ ਆਦਤ ਪਈ ਵੀ ਹੈਗੀ ਲੋਕਾਂ ਦੇ ਘਰਾਂ ਦੀਆਂ। ਨਹੀਂ ਪੁੱਤ, ਕੁਛ ਗੱਲ ਹੋ ਜਾਂਦੀ ਹੈ, ਕੁਛ ਵਧਾ ਲੈਂਦੇ ਨੇ, ਗੱਲਾਂ ਤਾਂ ਰਲ ਮਿਲ ਕੇ ਹੁੰਦੀਆਂ ਨੇ ਸਾਰੀਆਂ। ਪਰ ਧੀਏ ਚੱਲ ਆਪਾਂ ਤਾਂ ਕਹਿੰਦੇ ਆ ਪਰਮਾਤਮਾ ਕਿਸੇ ਦੀਆਂ ਗੱਲਾਂ ਕਰਾਵੇ ਹੀ ਨਾ। ਉਹੀ ਤਾਂ ਹੈ ਚਾਚੀ, ਬੈਠ ਜਾਂਦੇ ਦੱਸ ਚਾਹੋ ਕਿਹੜਾ ਟਾਈਮ ਆ ਪੁੱਤ। ਜਾਨੀ ਆ ਕੱਪੜੇ ਧੋਣ ਵਾਲੇ ਪਏ ਨੇ, ਮੈਂ ਆਖਿਆ ਮਾੜਾ ਜਿਹਾ ਸੁਨੇਹਾ ਦੇ ਆਵਾਂ, ਫਿਰ ਭਾਈ ਆਪਦੀ ਤਿਆਰੀ ਕਰ ਲੂਗੀ ਵੀ ਮੰਗਲਵਾਰ ਨੂੰ ਚੱਲੀਏ ਕਿ ਵੀਰਵਾਰ ਨੂੰ ਚੱਲੀਏ। ਕੋਈ ਨੀ ਚਾਚੀ ਮੈਂ ਸੁਨੇਹਾ ਲਾ ਦੂੰਗੀ। ਆਹੋ ਮੈਨੂੰ ਦੱਸ ਦਿਓ ਭਾਈ। ਠੀਕ ਹੈ ਚਾਚੀ। ਚਾਚੀ ਦਾ ਵੀ ਨਾ ਜਮਾ ਹੀ ਸਰਿਆ ਪਿਆ, ਮੈਨੂੰ ਇਹ ਸਮਝ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਕੇ ਇਹਨਾਂ ਨੂੰ ਮਿਲਦਾ ਕੀ ਆ। ਲੈ ਦੇਖ ਲੈ ਨੂੰ ਤਾਂ ਉਰਦੂ ਵੀ ਹੁਸ਼ਿਆਰ ਹੈ ਸੱਸ ਨਾਲੋਂ, ਆ ਵੀਰਪਾਲ ਕੋਲੇ ਵੀ ਹੋ ਕੇ ਜਾਵਾਂ, ਇਹਨੂੰ ਵੀ ਦੱਸ ਜਾ, ਕਹੂਗੀ ਦੱਸਿਆ ਨੀ। ਵੀ ਕੀ ਕਰਦੀ ਆ ਵੀਰਪਾਲ? ਆ ਜਾ ਕੁੜੇ ਕਿਰਨਾ, ਕੁਛ ਨੀ ਕਰਦੀ, ਸਾਗ ਬਣਾਉਂਦੀ ਆ ਭੈਣੇ। ਆ ਜਾ। ਨਹੀਂ ਆ ਗਈ ਆ ਗਈ। ਨਹੀਂ ਭੈਣੇ ਪਤਾ ਲੱਗਿਆ ਕਿ ਨਾ ਕਿਰਨਾ ਕੁਛ ਕਿੱਥੇ, ਗੋਲਾ ਤਾਂ ਵੱਜਿਆ ਵਜਾ ਹੀ ਰਹਿ ਗਿਆ ਬਸ, ਹੋਰ ਮੱਚਣਾ ਨਹੀਂ। ਪਤਾ ਤਾਂ ਫੇਰ ਲੱਗੇ, ਜੇ ਉਹਦੀ ਸੱਸ ਘਰੇ ਹੁੰਦੀ, ਸੱਸ ਤਾਂ ਹੈ ਨਹੀਂ ਸੀ, ਆਪ ਸੀ ਆ ਵੱਡੜ। ਲੈ ਫਿਰ ਉਹਨੂੰ ਆ ਪੁੱਛ ਲੈ, ਤੂੰ ਪੁੱਛ ਲੈਂਦੀ ਵੀ ਛੋਟੀ ਕਿੱਧਰ ਗਈ ਭਾਈ ਛੋਟੀ। ਪੁੱਛਿਆ ਸੀ ਨਹੀਂ, ਮੈਂ ਛੋਟੀ ਨੀ ਦੀਦੀ ਬਥੇਰੀ ਨਿਗਾਹ ਮਾਰੀ ਮੈਂ ਤਾਂ ਅੰਦਰ ਬਾਹਰ, ਮੈਨੂੰ ਤਾਂ ਕਿਤੇ ਨੀ ਦਿਸੀ। ਫਿਰ ਮੈਂ ਇਹ ਵੀ ਕਿਹਾ ਮਾਰੀ ਤੁਹਾਡੀ ਛੋਟੀ ਨੀ ਦੀਦੀ, ਉਹ ਤਾਂ ਕਹਿੰਦੀ ਬਿਮਾਰ ਜੀ ਹੋ ਗਈ ਸੀ, ਬੁਖਾਰ ਜਿਹਾ ਚੜਦਾ ਸੀ, ਤੇ ਉਹ ਫਿਰ ਬਾਗੀ ਵੀ ਚੱਲ 4 ਦਿਨ ਰੈਸਟ ਕਰਿਓ ਫਲਾਨਾ ਕਰਿਓ। ਭੈਣੇ ਇਹ ਤਾਂ ਉਹ ਗੱਲ ਹੈ, ਆਖੇ ਸੱਸ ਡਾਣੀ ਡਾਣੀ ਨੂੰ ਪੱਤੇ ਪੱਤੇ ਹੈ ਬਥੇਰਾ, ਮੈਂ ਤਾਂ ਖੋਜਣਾ। ਤੂੰ ਨਾ ਦੱਸ ਕੋਈ ਗੱਲ ਦਾ ਪਤਾ ਕਰਕੇ ਆਈ ਆ ਕਿ ਨਾ? ਕੋਈ ਕੋਈ ਨੀ ਪਤਾ ਲੱਗਿਆ, ਤੈਨੂੰ ਦੱਸੀ ਤਾਂ ਜਾਨੀ ਆ, ਹਰ ਕੇ ਸੁਨੇਹਾ ਦੇ ਕੇ ਮੁੜਿਆ ਈ। ਮਾਂ ਭਾਈ ਤੇਰੀ ਭੂਆ ਦੀ ਸਕੀਰੀ ਚ ਗਾਹਾਂ ਦੀ ਗਾਹਾਂ ਮਰਗ ਹੋ ਗਈ, ਪੁੱਛ ਲਈ ਵੀਰਵਾਰ ਨੂੰ ਜਾਈਏ ਕਿ ਮੰਗਲਵਾਰ ਨੂੰ ਜਾਈਏ, ਫੇਰ ਮੈਨੂੰ ਦੱਸ ਦਿਓ। ਐ ਕਹਿ ਕੇ ਹਾਰ ਕੇ ਉੱਠ ਕੇ ਆ ਗਈ। ਫਿਰ ਮੈਂ ਆਖਿਆ ਚੱਲ ਜਿੰਨੀ ਕੁ ਗੱਲ ਹੋਈ ਆ ਓਨਾ ਕੁ ਪਤਾ ਕਰਦਾ, ਇਹਨੂੰ ਦੱਸ ਜਾ ਵੀਰਪਾਲ ਨੂੰ, ਕਹੂਗੀ ਦੱਸਿਆ ਨੀ। ਹੁਣ ਐ ਕਰਦੀ ਆ ਦੀਦੀ, ਹਾਂ ਪਤਾ ਕਰਿਆ ਕੋਈ ਗੱਲ ਦਾ, ਹੁਣ ਪਤਾ ਕਰਕੇ ਫੇਰ ਦੱਸੀ ਮੈਨੂੰ, ਜੇ ਮੈਂ ਜਾਊਂਗੀ ਤਾਂ ਬੜੀ ਉਹ ਚਿੜਦੀ ਆ ਮੇਰੇ ਤੇ ਜਾ ਦੇ ਕਰਨਾ। ਤੂੰ ਤਾਂ ਜਾਈ ਨਾ, ਜੇ ਜਾਵੇਂਗੀ ਤਾਂ ਕਿਸੇ ਹਿਸਾਬ ਨਾਲ ਜਾਈ, ਹੁਣ ਮੈਂ ਐ ਕਰੂੰਗੀ। ਹਾਂ ਹੋਰ ਤਾਂ ਕੋਈ ਬਾਹ ਨੀ, ਇਹਦੀ ਜਿਹੜੀ ਛੋਟੀ ਨੂੰਹ ਹੈ ਉਹਦੀ ਸਾਡੀ ਸਕੀਰੀ ਚ ਸਕੀਰੀ ਹੈ, ਉਹਨਾਂ ਦਾ ਜਾ ਕੇ ਨੰਬਰ ਲੈਣੀ ਆ, ਨੰਬਰ ਲੈ ਕੇ ਫੇਰ ਪਤਾ ਕਰਦੀ ਆ ਵੀ ਕੁੜੀ ਇੱਥੇ ਕਿਹੜੇ ਹਿਸਾਬ ਨਾਲ ਆਈ ਹੋਈ ਆ, ਕਿਉਂ ਆਈ ਆ, ਫਿਰ ਉਹਦੇ ਪੇਕੇ ਤਾਂ ਸੱਚ ਦੱਸਣ ਗਈ ਕਿ ਨਹੀਂ। ਲੁਕੀ ਤਾਂ ਨਹੀਂ ਰਹਿੰਦੀ ਭਾਣੇ, ਜੇ ਉਦੋਂ ਪਹਿਲਾਂ ਕੋਈ ਗੱਲ ਦਾ ਪਤਾ ਲੱਗ ਗਿਆ ਤਾਂ ਠੀਕ ਹੈ, ਪਰ ਇਹ ਕਿਹੜਾ ਸਮਝਾਇਆ, ਸਮਝਣੀ ਆ ਭਾਣੇ, ਸਮਝਦੇ ਨਹੀਂ ਗੱਲ ਸਹੀ ਆ, ਪੱਥਰ ਦੇ ਲੈਦਾ, ਤੈਨੂੰ ਪਤਾ ਨਹੀਂ ਸਾਡੇ ਨਾਲ ਕੀ ਕੁਛ ਕੀਤਾ ਅੱਡ ਹੋਣ ਵੇਲੇ, ਦੇਖ ਤੇ ਸਾਹਮਣੇ ਤੇ ਸਾਰਾ ਕੁਛ ਹੋਇਆ ਹੈਗਾ।
ਚੰਗਾ ਨੀ ਭੈਣੇ, ਮੇਰੇ ਤਾਂ ਕੱਪੜੇ ਇਕੱਠੇ ਕਰੇ ਪਏ ਆ। ਮੈਂ ਤਾਂ ਗੱਲੀ ਬਾਤੀ ਪਹਿਲਾਂ ਉੱਥੇ 10-15 ਮਿੰਟ ਲਾਇਆ ਈ, ਤੇ ਆ ਹੁਣ ਅੱਧਾ ਘੰਟਾ ਇੱਥੇ ਹੋ ਗਿਆ। ਅੱਧਾ ਘੰਟਾ ਤੇਰੇ ਕੋਲ ਜਾਣ ਲੱਗੀ ਲਾ ਗਈ, ਸਾਰਾ ਟਾਈਮ ਖਰਾਬ ਕਰ ਗਈ। ਤੇ ਮੈਂ ਤਾਂ ਜਾ ਕੇ ਕੱਪੜੇ ਮਸ਼ੀਨ ਚ ਪਾਉਣੀ ਆ ਭੈਣੇ, ਕਿਤੇ ਹੋਰ ਨਾ ਮੈਂ ਛਿੱਤਰ ਖਾ ਲਾ। ਕਹਿਣਗੇ ਤੂੰ ਤਾਂ ਉੱਗ ਸੁੱਗ ਲੈਂਦੀ ਫਿਰਦੀ ਰਹਿੰਦੀ ਆ, ਕੰਮ ਨੂੰ ਹੱਥ ਨੀ ਲਾਉਂਦੀ। ਮੈਂ ਤਾਂ ਪਹਿਲਾਂ ਹੀ ਵਾਲੀਆਂ ਪੈਂਦੀਆਂ ਨੇ ਸਾਗਲੇ ਜੀ, ਨੀ ਭੈਣੇ ਕਿਰਨਾ ਚੰਗਾ ਜਾਣੀ ਆ, ਬਣ ਗਿਆ ਨੀ, ਬਸ ਬਣਨ ਨਾਲ ਥੋੜਾ ਟਾਈਮ ਲੱਗੂਗਾ। ਚੰਗਾ ਜਦੋਂ ਘੋਟ ਲਿਆ ਨਾ, ਰਿੱਗ ਮਾਰਦੀ ਮਾੜੀ ਜੀ, ਕੋਈ ਨਾ ਫਿਰ ਮੈਂ ਲੈ ਜੂ। ਨੂਣ ਮਿਰਚ ਕਰਾਰਾ ਪਾ ਲਈ, ਲਸਣ ਫੁੱਲ ਪਾ ਦੀ ਛਿੱਲ ਕੇ, ਠੀਕ ਆ ਪਾ ਦੂੰ ਭੈਣੇ। ਲਸਣ ਬਹੁਤ ਮਹਿੰਗਾ ਹੋਇਆ ਪਿਆ, ਮਰੀ ਜਾਂਦੀਆਂ ਗੱਲਾਂ ਵਿੱਚ। ਚੱਲ ਕੋਈ ਨਾ, ਬੀਬੀ ਤੂੰ ਕਿੱਥੇ ਰਹਿ ਗਈ ਸੀਗੀ? ਪੁੱਤ ਮੈਂ ਤੈਨੂੰ ਦੱਸਿਆ ਤਾਂ ਸੀ ਵੇ ਮੈਂ। ਲੈ ਬੀਬੀ ਮੈਨੂੰ ਤਾਂ ਫਿਕਰ ਵੜ ਵੜ ਖਾਈ ਜਾਂਦਾ ਸੀ, ਹਨੇਰਾ ਦੇਖੀ ਕਿੰਨਾ ਹੋ ਗਿਆ। ਲੈ ਫਿਕਰ ਨੂੰ ਉੱਥੇ ਮੈਂ 16 ਸਾਲਾਂ ਦੀ ਕੁੜੀ ਆ ਜਿਹੜੀ ਨਿਕਲ ਚੱਲੀ ਸੀ। ਬੀਬੀ 16 ਸਾਲਾਂ ਵਾਲੀ ਗੱਲ ਨਹੀਂ ਹੈਗੀ, ਤੂੰ ਸਵੇਰ ਦੀ ਗਈ ਆ, ਤਾਂ ਘੰਟਾ ਕਹਿ ਕੇ ਗਈ ਸੀ। ਕੋਈ ਸਾਰਾ ਸਾਰਾ ਦਿਨ ਵੀ ਮਕਾਨਾਂ ਤੇ ਲਾਉਂਦਾ ਹੁੰਦਾ? ਹੁਣ ਕਿਸੇ ਦੇ ਦੁੱਖ ਸੁੱਖ ਵਿੱਚ ਖੜਨਾ ਪੈਂਦਾ, ਹੁਣ ਐ ਥੋੜੀ ਵੀ ਜਾ ਕੇ ਹੱਥ ਲਾ ਕੇ ਮੁੜ ਜਾਂਦੀ ਮੈਂ, ਇੰਨਾ ਉਹਨਾਂ ਨਾਲ ਪ੍ਰੇਮ ਪਿਆਰ ਆ। ਬੀਬੀ ਉਹ ਤਾਂ ਮੈਂ ਤੇਰੀ ਗੱਲ ਮੰਨਦਾ, ਮੈਂ ਵੀ ਬੀਬੀ ਉਹਨੂੰ ਕੋਈ ਦੁੱਧ ਪੀਂਦਾ ਬੱਚਾ ਨਹੀਂ ਹੈਗਾ। ਨਾ ਹੁਣ ਦਰਸ਼ਨ ਤੂੰ ਮੇਰੀਆਂ ਇਨਕੁਆਰੀਆਂ ਕਰਦਾ ਫਿਰੇਂਗਾ, ਮੈਂ ਕਿਹਾ ਦੁੱਧ ਪੀਂਦੀ ਬੱਚੀ ਆ ਨਾ, ਕੀ ਕਹਿਣਾ ਚਾਹੁੰਦਾ ਤੂੰ? ਮੈਂ ਕਿਸੇ ਹੋਰ ਕੰਮ ਗਈ ਸੀ ਮੈਂ, ਮਤਲਬ ਕੀ ਆ ਤੇਰਾ ਕਹਿਣ ਦਾ? ਕਹਿਣ ਦਾ ਮਤਲਬ ਕੁਛ ਨਹੀਂ ਬੇਬੇ, ਤੂੰ ਤਾਂ ਉਹੀ ਗੱਲ ਪੈ ਜਾਂਦੀ ਹੈ, ਪਰ ਮੈਨੂੰ ਇੰਨਾ ਕੁ ਪਤਾ ਬੇਬੇ ਹੁਣ ਕੀ ਕਹਾਂ। ਬਸ ਬੇਬੇ ਚੱਲ ਆ ਜਾ ਹੁਣ, ਆ ਜਾ ਛੇਤੀ ਹੁਣ। ਹਾਏ ਰੱਬਾ, ਇਹਨੂੰ ਸ਼ੱਕ ਨਾ ਹੋ ਜਾਵੇ, ਜੇ ਇਹਨੂੰ ਪਤਾ ਨਾ ਲੱਗ ਜਾਵੇ ਵੀ ਮੈਂ ਬਾਬੇ ਲਵੇ ਗਈ ਸੀ। ਇੱਥੇ ਬਾਹਲੀ ਇਨਕੁਆਰੀ ਕਰਦਾ, ਹੁਣ ਤਾਂ ਮੈਂ ਉੱਚੀ ਬੋਲ ਕੇ ਮੌਕਾ ਸੰਭਾਲ ਲਿਆ, ਪਰ ਮੈਂ ਰੋਜ਼ ਰੋਜ਼ ਥੋੜ੍ਹੀ ਝੂਠ ਬੋਲ ਸਕਦੀ ਹਾਂ। ਹਜੇ ਬਾਬਾ ਕਹਿੰਦਾ ਸੀ ਘਰ ਚਰਨ ਪਾਉਣੇ ਆ, ਜੇ ਘਰ ਆ ਗਿਆ ਇਹਨਾਂ ਦੋਹਾਂ ਨੇ ਤਾਂ ਮੈਨੂੰ ਘਰੋਂ ਬਾਹਰ ਕੱਢ ਦੇਣਾ। ਚੱਲ ਕੋਈ ਨਹੀਂ,